ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਕਾਟ ਵੈਲਕਮ ਟੂ ਸਿਮਰਨ ਬਟੀਕ ਕਟਨ ਸੁਵਿੰਦਰ ਅੱਜ ਆਪਾਂ ਜੀਨ ਦੀ ਪੈਂਟ ਦੀ ਲੈਂਥ ਜਿਹੜੀ ਆ ਉਹ ਕਰਨੀ ਆ ਪ੍ਰੋਪਰ ਸਹੀ ਜਿਵੇਂ ਮਤਲਬ ਇਹ ਜ਼ਿਆਦਾ ਲੰਬੀ ਇਹ 4 ਇੰਚ ਲੰਬੀ ਆ ਪੈਂਟ ਜਦੋਂ ਇਹਦੀ ਲੈਂਥ ਆਪਾਂ ਕਰਨੀ ਹੁੰਦੀ ਆ ਨਾ ਪਹਿਲਾਂ ਤਾਂ ਜਿੰਨੀ ਆਪਣੀ ਸੀਨ ਦੇ ਵਿੱਚ 1/2 ਇੰਚ ਇੱਧਰੋਂ ਛੱਡ ਕੇ ਇਸ ਸੀਨ ਤੋਂ 1/2 ਇੰਚ ਆਪਾਂ ਸੀਨ ਦੇ ਵਿੱਚ ਜਿਹੜਾ ਦੇਣਾ ਆ ਉਹ ਛੱਡ ਕੇ ਇਹਨੂੰ ਕੱਟ ਲੈਣਾ ਇੱਥੋਂ ਇਹ ਆਪਾਂ ਤਾਂ 1/2 ਇੰਚ ਛੱਡ ਕੇ ਕੱਟਿਆ ਕਿਉਂਕਿ ਆਪਾਂ ਇਹ ਜਿਹੜੀ ਓਰੀਜਨਲ ਜਿਹੜੀ ਹੈਗੀ ਆ ਇਹਦੀ ਹੈਮਿੰਗ ਆ ਉਹ ਰੱਖਣੀ ਆ ਜੇ ਉੱਦਾਂ ਕਰਨੀ ਹੋਵੇ ਤਾਂ ਉਹ ਤਾਂ ਤੁਸੀਂ ਆਪਣਾ 1.5 ਇੰਚ ਰੱਖ ਕੇ ਇੱਥੋਂ ਆਪਣੀ ਆਹ ਲੈਂਥ ਆ 1.5 ਇੰਚ ਰੱਖ ਕੇ ਦੁਬਾਰਾ ਫੋਲਡ ਕਰ ਦਿਓ ਫਿਰ ਧਾਗਾ ਮੈਚ ਨਹੀਂ ਕਰਦਾ ਅਤੇ ਇਹਦੇ ਲਈ ਫਿਰ ਆਹ ਜਿਹੜੀ ਓਰੀਜਨਲ ਆਪਾਂ ਰੱਖਣੀ ਹੁੰਦੀ ਆ ਸਟਿੱਚ ਉਹ ਵਧੀਆ ਰਹਿੰਦੀ ਆ ਹੁਣ ਆਪਾਂ ਆਹ ਜਿਹੜੀ ਸੀਨ ਹੈ ਇਹਦੇ ਤੋਂ ਮੈਜਰਮੈਂਟ ਪੂਰਾ ਪ੍ਰੋਪਰਲੀ ਕਰੀਦਾ ਇੱਦਾਂ ਆਹ ਸੀਨ ਨੂੰ ਇੱਦਾਂ ਫੜ ਲੈਣਾ ਇੱਧਰੋਂ ਇਹਨੂੰ ਵੀ ਇਸੇ ਤਰੀਕੇ ਦੇ ਨਾਲ ਆਪਾਂ ਰੈਡੀ ਰੱਖਣੀ ਆ 1/2 ਇੰਚ ਹੀ ਆਪਣਾ ਇੱਧਰੋਂ ਇਹਨੇ ਵਿੱਚ ਆ ਜਾਣਾ ਸਿਉਣ ਦੇ ਅਤੇ ਇੱਥੇ ਤੱਕ ਆਪਣੀ ਪੈਂਟ ਰੈਡੀ ਚਾਹੀਦੀ ਆ ਅਤੇ ਇਹਨੂੰ ਜਦੋਂ ਆਪਾਂ ਆਹ 1/2 ਇੰਚ ਦੀ ਸਿਉਣ ਲਗਾਉਣੀ ਆ ਤਾਂ ਇਹਨੇ ਇੱਥੇ ਚੱਲ ਜਾਣਾ ਪੂਰਾ ਹੀ ਇਹ ਆਪਣੇ ਇਹਦੇ ਉੱਪਰ ਆ ਜਾਣਾ ਜਿੰਨੀ ਆਪਾਂ ਰੈਡੀ ਕਰਨੀ ਉੱਥੋਂ ਇਹਨੂੰ ਆਪਾਂ ਕੱਟ ਕਰ ਦੇਣਾ ਹੁਣ ਅਤੇ ਮੈਜਰਮੈਂਟ ਪ੍ਰੋਪਰਲੀ ਕਰਨਾ ਕਿ ਦੋਵੇਂ ਲੱਤਾਂ ਇੱਕੋ ਜਿਹੀਆਂ ਹੋਣ ਇਹ ਨਾ ਹੋਵੇ ਕਈ ਵਾਰੀ ਵੱਧ ਘਾਟਾ ਹੋ ਜਾਂਦਾ ਇੱਧਰੋਂ ਆਹ ਜਿਹੜੀ ਚੀਜ਼ ਆ ਪ੍ਰੋਪਰਲੀ ਮੈਜਰਮੈਂਟ ਕਰ ਲੈਣੀ ਚਾਹੀਦੀ ਆ ਇੱਥੋਂ ਆਹ ਬੈਲਟ ਨਾਲ ਬੈਲਟ ਮੈਚ ਕਰਕੇ ਬੈਲਟ ਨਾਲ ਬੈਲਟ ਇਸ ਤਰੀਕੇ ਨਾਲ ਮੈਚ ਕਰਨੀ ਹੈ ਉੱਧਰੋਂ ਆਹ ਜਿਹੜੀ ਫਰੰਟ ਵਾਲੀ ਆ ਛੋਟੀ ਹੁੰਦੀ ਹੈ ਉਹਨੂੰ ਵੀ ਇੱਥੋਂ ਆਪਾਂ ਨੂੰ ਪਤਾ ਲੱਗਦਾ ਹੱਥ ਦੇ ਨਾਲ ਪ੍ਰੋਪਰ ਮੈਚ ਕਰਨੀ ਹੈ ਅਤੇ ਜ਼ਰੂਰੀ ਨਹੀਂ ਹੁੰਦੀ ਕਿ ਜਿਹੜੀਆਂ ਪਹਿਲਾਂ ਪੈਂਟਾਂ ਸੀਤੀਆਂ ਆਉਂਦੀਆਂ ਨੇ ਉਹ ਬਰਾਬਰ ਹੀ ਹੁੰਦੀਆਂ ਨੇ ਮੈਂ ਦੋਨਾਂ ਨੂੰ 1/2 ਇੰਚ ਦਾ ਪੂਰੇ ਪੂਰਾ ਹੀ ਲਾਇਆ ਜਿੰਨਾ ਮੈਨੂੰ ਚਾਹੀਦਾ ਪੂਰੇ ਦਾ ਪੂਰਾ 1/2 ਇੰਚ ਹੀ ਲਾਇਆ ਮੈਂ ਇਹਦਾ ਦੇਖੋ ਅਤੇ ਇਹ ਹੁਣ ਲੱਤ ਦੇ ਵਿੱਚ ਫਰਕ ਆ ਪਹਿਲਾਂ ਇਹਨੂੰ ਇੱਥੋਂ ਜਦੋਂ ਆਪਾਂ ਕਰਨਾ ਇੱਥੇ ਪਿੰਨ ਲਗਾ ਸਕਦੇ ਹਾਂ ਕਿਉਂਕਿ ਆਹ ਬਰਾਬਰ ਸਿਉਣ ਦੋ ਪਾਸੇ ਇੱਕੋ ਜਿਹੀ ਆ ਗਈ ਜਦੋਂ ਪੈਂਟ ਦੀ ਆਪਾਂ ਮੈਜਰਮੈਂਟ ਕਰਦੇ ਹਾਂ ਆਪਾਂ ਆਹ ਜਿਹੜੀ ਸੀਨ ਐਨ ਸਾਈਡ ਐਮ ਸੀਨ ਐਨ ਸੀਮ ਦੇ ਵਿੱਚੋਂ ਕਰਦੇ ਹਾਂ
ਤੇ ਹੁਣ ਆਪਾਂ ਇਹਨੂੰ ਕੱਟ ਦੇਣਾ ਇੱਥੋਂ ਦੋਵੇਂ ਕੱਟੀਆਂ ਕੱਟਣੀਆਂ ਔਖੀਆਂ ਹੋ ਜਾਂਦੀਆਂ ਨੇ ਇੱਕ ਇੱਕ ਕਰਕੇ ਕੱਟ ਲੈ ਹੋ ਜਾ आप कट गया तो आप मशीन पर हम इन कर दूजे दोह आप सीन लानी है आ जो मोटा पार्ट है यही कट देना नहीं तो फिर मशीन की सूई टुट जाती है इतों भी इधरले साइड का भी इधरले का भी अधेड़ के इस तरीके इन्हू हूँ कट दिता जो आप इतने हूँ फिर बहुता ज्यादा नहीं मोटा होना है इधरली साइड तो भी इनू कट देना आ जो पेंट दे पेंट दे भी आह जो आप कटिया मोहरी जी वह भी ते सिंगल फुट में पा लिया जी सीन जी सिंगल फुट के नाल लगनी है आ सीन नाल सीन मैच करके आह इदा सीन ना सीन मैच करके भी पता ना लगे जिमें लेडी कीती दा इनू तुसी इदा सिंगल फुट पा के तो स्टिच कर देना तो दो बारी स्टिच कर देना इनू फिर पक्की हो जाती है फिर उधड़ दा कोई डर नहीं रहिंदा इधरों भी सीन नू सीन मैच कर लेनी प्रॉपरली तीन में डबल स्टिच करना तो फिर इनू ओवरलॉक कर देना तो अपनी पेंट डन हो जाएगी जी मशीन का फुट मैं चेंज कर लिया ये उपर एन किनारी के उपर जी दमी सीन लगानी बिल्कुल क्लीन करके लगानी है तो आ मैं ओवरलॉक कर लिया ये जो तो दमी सीन लगेगी ना उपर ये जेड़ा अपना आह चीज़ है ये उपर जी सिलाई वाली है ये उपर जाऊगी तो फिर बाहर नहीं निकलती तो नाले फिर यदा पक्का हो जाता प्रॉपरली तो धागा प्रॉपरली जो ब्लू कलर का वह मैच होना चाहिए पेंट के नाल तो सिलाई भी बिल्कुल साफ करके लगनी चाहिए है जे सिलाई विंगी लगी हो गां पिछा लग जाए तो वह भी फिर चंगी नहीं लगती है जी आई होप ये तुहानू वीडियो तुहाडे लई हैल्पफुल होगी तो मेरे चैनल में सबसक्राइब करो लाइक करो तो शेयर करो फ्रेंड्स वैसे सारे प्यार भरी सत श्री अकाल मिलते हैं आप अगली वीडियो के।